ਸਾਡੇ ਪਹਿਲਾਂ ਵੀ 2008 'ਚ ਹੀ ਚੋਰੀ ਹੋਈ, ਦੋ ਵਾਰੀ ਸਾਡੇ ਵਾਕਾ ਹੋ ਗਿਆ। ਕਿਸਾਨ ਆਗੂ ਦੇ ਘਰ ਲੱਖਾਂ ਦੀ ਚੋਰੀ ਹੋ ਗਈ, ਉਹ ਵੀ ਉਸ ਵੇਲੇ ਜਦੋਂ ਸਾਰਾ ਪਰਿਵਾਰ ਕਿਸੇ ਦਾ ਪਤਾ ਲੈਣ ਗਿਆ ਸੀ, ਤਾਂ ਪਿੱਛੋਂ ਚੋਰਾਂ ਦੇ ਵੱਲੋਂ ਪੂਰੇ ਘਰ ਤੇ ਹੱਥ ਸਾਫ਼ ਕੀਤਾ ਗਿਆ। ਜਦੋਂ ਸਾਰਾ ਪਰਿਵਾਰ ਘਰ ਆਇਆ ਤਾਂ ਅੰਦਰੋਂ ਦਰਵਾਜ਼ਾ ਲੱਗਿਆ ਹੋਇਆ ਸੀ, ਕਿਸੇ ਦੇ ਕੋਠੇ ਉੱਪਰੋਂ ਦੀ ਜਾ ਕੇ ਦੇਖਿਆ ਘਰ ਦੇ ਵਿੱਚ ਸਾਰਾ ਸਮਾਨ ਖਿਲਰਿਆ ਪਿਆ ਸੀ। 18 ਤੋਲੇ ਸੋਨਾ, ਚਾਂਦੀ ਤੇ 1 ਲੱਖ ਦੀ ਨਕਦੀ ਲੈ ਕੇ ਚੋਰ ਇੱਥੋਂ ਫਰਾਰ ਹੋ ਗਏ। ਤਸਵੀਰਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੀਆਂ ਨੇ ਔਰ ਪੀੜਤ ਪਰਿਵਾਰ ਦੇ ਵੱਲੋਂ ਥਾਣਾ ਬਰੇਟਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਔਰ ਹੁਣ ਨੇੜੇ ਦੇ CCTV ਕੈਮਰੇ ਖੁੰਗਾਲੇ ਜਾ ਰਹੇ ਨੇ। ਤਾਂ ਕਿਸਾਨ ਲੀਡਰ ਦੇ ਘਰ ਲੱਖਾਂ ਦੀ ਚੋਰੀ ਹੋਈ, ਰਿਸ਼ਤੇਦਾਰੀ ਦੇ ਵਿੱਚ ਸਾਰਾ ਪਰਿਵਾਰ ਪਤਾ ਲੈਣ ਗਿਆ ਸੀ, ਪਿੱਛੋਂ ਚੋਰਾਂ ਦੇ ਵੱਲੋਂ ਘਰ ਸਾਫ਼ ਕੀਤਾ ਗਿਆ, ਤਾਂ ਪੁਲਿਸ ਇਹਨਾਂ ਚੋਰਾਂ ਦੀ ਭਾਲ ਦੇ ਵਿੱਚ ਲੱਗ ਪਈ। ਅਸੀਂ ਆਪਣੇ ਘਰੋਂ 11:15 ਜੀ ਚਿੰਤਾ ਲਾ ਕੇ ਆਪਣੀ ਸਿਸਟਰ ਕਲਾਣੇ ਆ ਜੀ, ਉਹਦੇ ਕੋਲ ਗਏ ਸੀ, ਉਹਦਾ ਆਪਰੇਸ਼ਨ ਹੋਇਆ ਪਤਾ ਲੈਣ ਜੀ। ਅਤੇ ਸਾਨੂੰ ਮੇਰੇ ਡੈਡੀ ਨੂੰ ਸਾਡੀ ਚੱਕੀ ਹੈ ਜੀ, ਇੱਥੇ ਚੱਕੀ 'ਤੇ ਛੱਡ ਗਈ, ਚਾਬੀਆਂ ਜਿੰਦਾ ਲਾ ਕੇ ਉਹਨੂੰ ਫੜਾ ਗਏ। ਜਦੋਂ ਮੇਰਾ ਡੈਡੀ 1:15 ਜੀ ਘਰ ਆਇਆ ਚਾਹ ਪੀਣ, ਉਹਨੇ ਆ ਕੇ ਦੇਖਿਆ ਤਾਂ ਸਾਡਾ ਬਾਹਰ ਅੰਦਰੋਂ ਵੀ ਲੱਗਿਆ ਪਿਆ ਸੀਗਾ ਜੀ। ਉਹ ਮੇਰੇ ਤਾਏ ਕੇ ਕੋਠੇ ਉੱਤੋਂ ਦੀ ਚੜ੍ਹ ਕੇ ਜੀ, ਜਦੋਂ ਘਰ ਆਇਆ ਤਾਂ ਸਾਰਾ ਸਮਾਨ ਖਿਲ ਰਿਹਾ ਪਿਆ ਸੀਗਾ। ਉਹਨਾਂ ਨੇ ਸਾਨੂੰ ਤਲਾਹ ਦਿੱਤੀ ਵੀ ਐਂ ਕਰਕੇ ਆਪਣੇ ਘਰ ਚੋਰੀ ਹੋ ਗਈ, ਸਾਡਾ ਸਾਰਾ ਸਮਾਨ ਲੈ ਗਏ ਜੀ। ਕਰੀਬ 17-18 ਤੋਲੇ ਸੋਨਾ ਜੀ, 5-6 ਤੋਲੇ ਚਾਂਦੀ ਹੈ ਜੀ। ਕਿੰਨੇ ਕੁ ਦਾ ਨੁਕਸਾਨ ਸਾਡਾ ਹੋਊਗਾ ਜੀ? 17-18 ਲੱਖ ਦਾ ਤਕਰੀਬ ਜੀ। ਅਸੀਂ ਫਿਰ ਉਦੋਂ ਬਾਅਦ ਬਰੇਟਾ ਥਾਣੇ ਨੂੰ ਤਲਾਹ ਦਿੱਤੀ ਜੀ, ਹੁਣ ਰਾਊਟ ਕਰਾਈ ਹੈਗੀ। ਬਾਕੀ ਦੇਖੋ, ਸਾਡਾ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡੀ ਗਾਵਰੀ ਹੋਣੀ ਚਾਹੀਦੀ ਹੈ। ਸਾਡੇ ਪਹਿਲਾਂ ਵੀ 2008 'ਚ ਜੀ ਚੋਰੀ ਹੋਈ ਹੋਈ ਹੈ, ਦੋ ਵਾਰੀ ਸਾਡੇ ਵਾਕਾ ਹੋ ਗਿਆ। ਗੁਰਵਿੰਦਰ ਸਿੰਘ ਸਨਮ ਮੇਵਾ ਸਿੰਘ ਵਾਸੀ ਗੋਬਿੰਦਪੁਰਾ ਨੇ ਸਾਡੇ ਪਾਸ ਬਿਆਨ ਲਿਖਾਇਆ ਵੀ ਉਹ ਫਲਾਣੇ ਮੇਲੇ 'ਤੇ ਸਾਰਾ ਪਰਿਵਾਰ ਗਿਆ ਸੀ, ਘਰ ਨੂੰ ਤਾਲਾ ਲੱਗ ਗਏ ਸੀਗੇ। ਉੱਥੋਂ 2 ਅਣਪਛਾਤੇ ਵਿਅਕਤੀ ਉਹ ਤਾਂ ਦੱਸ ਰਿਹਾ, ਪਰ ਹਜੇ ਤਾਈ ਮਤਲਬ ਦੂਸਰੇ ਆਸੇ ਪਾਸੇ ਉਹ 'ਤੇ ਪੁੱਛਗਿੱਛ ਕਰ ਰਹੇ ਹਾਂ ਅਤੇ ਕੈਮਰਿਆਂ ਤੋਂ ਪੜਤਾਲ ਕਰ ਰਹੇ ਹਾਂ, ਅਤੇ ਜਿਹੜਾ ਵੀ ਕੋਈ ਗੱਲ ਸਾਹਮਣੇ ਆਊਗੀ ਉਹ ਸਾਲ ਤੋਂ ਬਾਅਦ ਬਣਦੀ ਕਰ ਰਹੀ ਹੈ। ਚੋਰਾਂ ਦੇ ਵੱਲੋਂ ਪੂਰੇ ਘਰ ਤੇ ਹੱਥ ਸਾਫ਼ ਕੀਤਾ ਗਿਆ। ਜਦੋਂ ਸਾਰਾ ਪਰਿਵਾਰ ਘਰ ਆਇਆ ਤਾਂ ਅੰਦਰੋਂ ਦਰਵਾਜ਼ਾ ਲੱਗਿਆ ਹੋਇਆ ਸੀ, ਕਿਸੇ ਦੇ ਕੋਠੇ ਉੱਪਰੋਂ ਦੀ ਜਾ ਕੇ ਦੇਖਿਆ ਘਰ ਦੇ ਵਿੱਚ ਸਾਰਾ ਸਮਾਨ ਖਿਲਰਿਆ ਪਿਆ ਸੀ। 18 ਤੋਲੇ ਸੋਨਾ, ਚਾਂਦੀ ਤੇ 1 ਲੱਖ ਦੀ ਨਕਦੀ ਲੈ ਕੇ ਚੋਰ ਇੱਥੋਂ ਫਰਾਰ ਹੋ ਗਏ। ਤਸਵੀਰਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੀਆਂ ਨੇ ਔਰ ਪੀੜਤ ਪਰਿਵਾਰ ਦੇ ਵੱਲੋਂ ਥਾਣਾ ਬਰੇਟਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਔਰ ਹੁਣ ਨੇੜੇ ਦੇ CCTV ਕੈਮਰੇ ਖੁੰਗਾਲੇ ਜਾ ਰਹੇ ਨੇ। ਤਾਂ ਕਿਸਾਨ ਲੀਡਰ ਦੇ ਘਰ ਲੱਖਾਂ ਦੀ ਚੋਰੀ ਹੋਈ, ਰਿਸ਼ਤੇਦਾਰੀ ਦੇ ਵਿੱਚ ਸਾਰਾ ਪਰਿਵਾਰ ਪਤਾ ਲੈਣ ਗਿਆ ਸੀ, ਪਿੱਛੋਂ ਚੋਰਾਂ ਦੇ ਵੱਲੋਂ ਘਰ ਸਾਫ਼ ਕੀਤਾ ਗਿਆ, ਤਾਂ ਪੁਲਿਸ ਇਹਨਾਂ ਚੋਰਾਂ ਦੀ ਭਾਲ ਦੇ ਵਿੱਚ ਲੱਗ ਪਈ। ਅਸੀਂ ਆਪਣੇ ਘਰੋਂ 11:15 ਜੀ ਚਿੰਤਾ ਲਾ ਕੇ ਆਪਣੀ ਸਿਸਟਰ ਕਲਾਣੇ ਆ ਜੀ, ਉਹਦੇ ਕੋਲ ਗਏ ਸੀ, ਉਹਦਾ ਆਪਰੇਸ਼ਨ ਹੋਇਆ ਪਤਾ ਲੈਣ ਜੀ। ਅਤੇ ਸਾਨੂੰ ਮੇਰੇ ਡੈਡੀ ਨੂੰ ਸਾਡੀ ਚੱਕੀ ਹੈ ਜੀ, ਇੱਥੇ ਚੱਕੀ 'ਤੇ ਛੱਡ ਗਈ, ਚਾਬੀਆਂ ਜਿੰਦਾ ਲਾ ਕੇ ਉਹਨੂੰ ਫੜਾ ਗਏ। ਜਦੋਂ ਮੇਰਾ ਡੈਡੀ 1:15 ਜੀ ਘਰ ਆਇਆ ਚਾਹ ਪੀਣ, ਉਹਨੇ ਆ ਕੇ ਦੇਖਿਆ ਤਾਂ ਸਾਡਾ ਬਾਹਰ ਅੰਦਰੋਂ ਵੀ ਲੱਗਿਆ ਪਿਆ ਸੀਗਾ ਜੀ। ਉਹ ਮੇਰੇ ਤਾਏ ਕੇ ਕੋਠੇ ਉੱਤੋਂ ਦੀ ਚੜ੍ਹ ਕੇ ਜੀ, ਜਦੋਂ ਘਰ ਆਇਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀਗਾ। ਉਹਨਾਂ ਨੇ ਸਾਨੂੰ ਤਲਾਹ ਦਿੱਤੀ
ਮੈਂ ਕਰਕੇ ਆਪਣੇ ਘਰੇ ਚੋਰੀ ਹੋ ਗਈ, ਸਾਡਾ ਸਾਰਾ ਸਮਾਨ ਲੈ ਗਏ ਜੀ, ਕਰੀਬ 17-18 ਤੋਲੇ ਸੋਨਾ ਜੀ, 2-3-5-6 ਤੋਲੇ ਚਾਂਦੀ ਹੈ ਜੀ। ਕਿੰਨੇ ਕੁ ਦਾ ਨੁਕਸਾਨ ਸਾਡਾ ਹੋਊਗਾ ਜੀ? 17-18 ਲੱਖ ਦਾ ਤਕਰੀਬ ਜੀ। ਅਸੀਂ ਫਿਰ ਉਦੋਂ ਬਾਅਦ ਬਰੇਟਾ ਥਾਣੇ ਨੂੰ ਤਲਾਹ ਦਿੱਤੀ ਜੀ, ਹੁਣ ਰਾਊਟ ਕਰਾਈ ਹੈਗੀ। ਬਾਕੀ ਦੇਖੋ ਸਾਡਾ, ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡੀ ਰਿਕਵਰੀ ਹੋਣੀ ਚਾਹੀਦੀ ਹੈ। ਸਾਡੇ ਪਹਿਲਾਂ ਵੀ 2008 'ਚ ਜੀ ਚੋਰੀ ਹੋਈ ਹੋਈ ਹੈ, 2 ਵਾਰੀ ਸਾਡੇ ਵਾਕਾ ਹੋ ਗਿਆ। ਗੁਰਵਿੰਦਰ ਸਿੰਘ ਸਾਨੂੰ ਮੇਵਾ ਸਿੰਘ ਵਾਸੀ ਗੋਬਿੰਦਪੁਰਾ ਨੇ ਸਾਡੇ ਪਾਸ ਬਿਆਨ ਲਿਖਾਇਆ ਵੀ ਉਹ ਫਲਾਣੇ ਮੇਲੇ ਤੇ ਸਾਰਾ ਪਰਿਵਾਰ ਗਿਆ ਸੀ, ਘਰ ਨੂੰ ਤਾਲਾ ਲੱਗ ਗਏ ਸੀਗੇ। ਉੱਥੋਂ 2 ਅਣਪਛਾਤੇ ਵਿਅਕਤੀ ਉਹ ਤਾਂ ਦੱਸ ਰਿਹਾ, ਪਰ ਹਜੇ ਤਾਈ ਮਤਲਬ ਦੂਸਰੇ ਆਸੇ ਪਾਸੇ ਉਹਦੇ ਪੁੱਛਗਿੱਛ ਕਰ ਰਹੇ ਹਾਂ ਤੇ ਕੈਮਰਿਆਂ ਤੋਂ ਪੜਤਾਲ ਕਰ ਰਹੇ ਹਾਂ, ਤੇ ਜਿਹੜਾ ਵੀ ਕੋਈ ਗੱਲ ਸਾਹਮਣੇ ਆਊਗੀ ਉਹ ਸਾਲ ਤੋਂ ਬਾਅਦ ਬੰਦ ਕਰ ਰਹੇ ਹਾਂ। ਇਹਨਾਂ ਦੇ ਖਿਲਾਫ਼ ਨਾਮ ਨੂੰ ਵਿਅਕਤੀਆਂ ਦੇ ਖਿਲਾਫ਼ ਮੁਕੱਦਮਾ ਦਰਜ